ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਕੇਂਦਰੀ ਫੂਡ ਮੰਤਰਾਲੇ ਵੱਲੋਂ ਪੰਜਾਬ ਲਈ 2 ਨਵੇਂ ਪ੍ਰੋਜੈਕਟਸ ਮਨਜ਼ੂਰ ਕੀਤੇ ਗਏ ਨੇ। ਦੱਸ ਦਈਏ ਕਿ ਫਿਰੋਜ਼ਪੁਰ ਤੇ ਸੋਂਦੀਵਾਲਾ ਵਿੱਚ ਮਿੰਨੀ ਫੂਡ ਪਾਰਕ ਲੱਗੇਗਾ। ਇਸ ਤੋਂ ਇਲਾਵਾ ਐਗਰੋ ਪ੍ਰੋਸੈਸਿੰਗ ਲਈ ਵੀ ਕਰੀਬ 28 ਕਰੋੜ ਦੀ ਲਾਗਤ ਹੋਵੇਗੀ। ਕੇਂਦਰੀ ਫੂਡ ਮੰਤਰਾਲੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਸੌਗਾਤ ਦਿੱਤੇ ਜਾਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਸ ਪ੍ਰੋਜੈਕਟ ਦੇ ਦੌਰਾਨ ਇੱਥੇ ਸਨੈਕਸ ਤੋਂ ਲੈ ਕੇ ਕੈਚਅਪਸ ਤੇ ਹੋਰ ਕਈ ਚੀਜ਼ਾਂ ਤਿਆਰ ਕੀਤੀਆਂ ਜਾਣਗੀਆਂ। ਇੰਨਾ ਹੀ ਨਹੀਂ, ਇਸ ਪ੍ਰੋਜੈਕਟ ਦਾ ਫਾਇਦਾ ਕਿਸਾਨਾਂ ਨੂੰ ਵੀ ਹੋਣ ਜਾ ਰਿਹਾ ਹੈ। ਆਲੂ, ਮੱਕੀ, ਕਣਕ ਉਗਾਉਣ ਵਾਲੇ ਕਿਸਾਨਾਂ ਨੂੰ ਇਸ ਦਾ ਸਭ ਤੋਂ ਵੱਡਾ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਫਾਜ਼ਿਲਕਾ ਵਿੱਚ ਵੀ ਕੋਲਡ ਚੇਨ ਸਕੀਮ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਡੈਰੀ ਪ੍ਰੋਜੈਕਟਸ ਲਈ 147.92 ਦੀ ਲਾਗਤ ਨਾਲ ਲਗਾਈ ਜਾਵੇਗੀ ਕੋਲਡ ਚੇਨ। ਦੱਸ ਦਈਏ ਕਿ ਕੇਂਦਰੀ ਮੰਤਰੀ ਬਾਦਲ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਮਨਜ਼ੂਰ ਕੀਤੇ ਗਏ 1400 ਕਰੋੜ ਦੀ ਲਾਗਤ ਨਾਲ ਕੱਲ੍ਹ 41 ਪ੍ਰੋਜੈਕਟ ਨੌਜਵਾਨਾਂ ਨੂੰ ਮਿਲੇ ਨੇ। ਇਸ ਦੇ ਨਾਲ ਹੀ 20,000 ਨੌਜਵਾਨਾਂ ਤੇ 2 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲਿਆ ਹੈ। ਦਿਨ ਭਰ ਦੀਆਂ ਹੋਰ ਖ਼ਬਰਾਂ ਲਈ ਦੇਖਦੇ ਰਹੋ ਵਿਰਸਾ ਲਾਈਵ ਟੀਵੀ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।